ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾਉਣ ਲੱਗੇ ਪੀਪੇ ਵਾਲੇ ਬਿਸਕੁਟ, ਜਿਹ 'ਚ ਇਸਤੇਮਾਲ ਕੀਤਾ ਸੀ ਆਟਾ 2 ਕੌਲੀਆਂ ਆਟੇ ਦੀਆਂ, 1 ਕੌਲੀ ਖੰਡ ਦੀ ਲਈ, ਅਤੇ 1/2 ਚਮਚਾ ਬੇਕਿੰਗ ਸੋਡੇ ਦਾ, ਅਤੇ 1/4 ਹਿੱਸਾ ਲਿਆ ਅਸੀਂ ਮਿੱਠੇ ਸੋਡੇ ਦਾ, ਥੋੜ੍ਹਾ 1 ਚਮਚਾ ਕਸਟਰਡ ਪਾਊਡਰ, ਅਤੇ ਲੋੜ ਮੁਤਾਬਕ ਅਸੀਂ ਨੋਰਮਲ ਦੁੱਧ ਲਿਆ, ਅਤੇ 1/2 ਕੌਲੀ ਘਿਓ ਦੀ ਲਈ। ਉਸ ਤੋਂ ਬਾਅਦ ਮਿਲਟ ਕਰਨ ਤੋਂ ਬਾਅਦ ਇਹ ਸਾਡਾ ਮਟੀਰੀਅਲ ਇੱਦਾਂ ਦਾ ਹੋ ਜਾਂਦਾ ਵਾ, ਅਤੇ ਇਸ ਤੋਂ ਬਾਅਦ ਅਸੀਂ ਇਸ ਮਸ਼ੀਨ ਵਿੱਚ ਇਸ ਨੂੰ ਪਾ ਕੇ ਅਤੇ ਫਿਰ ਇਸ ਤਰ੍ਹਾਂ ਬਣਾਏ, ਅਤੇ ਉਸ ਤੋਂ ਬਾਅਦ ਅਸੀਂ ਅਸੀਂ ਬੇਕਿੰਗ ਕਰਨ ਲਈ ਲਾਏ, ਅਤੇ ਬੇਕਿੰਗ ਇੱਦਾਂ ਹਲਕੇ ਹੱਥ ਨਾਲ ਪ੍ਰੈਸ ਕਰਕੇ ਇਸ ਤਰ੍ਹਾਂ ਕਰਕੇ ਤੁਸੀਂ ਇਸ ਤਰ੍ਹਾਂ ਇਹ ਸ਼ੇਪ ਦੇਈ ਜਾਣੀ ਇਹਨਾਂ ਨੂੰ। ਹੁਣ ਅਸੀਂ ਬਿਸਕੁਟਾਂ ਨੂੰ ਬੇਕਿੰਗ ਕਰਨ ਲਈ ਰੱਖ ਰਹੇ ਹਾਂ ਓਵਨ ਦੇ ਵਿੱਚ। 150 ਦੇ ਅਸੀਂ ਟੈਂਪਰੇਚਰ ਸੈੱਟ ਕੀਤਾ ਇਸਦਾ। ਬਟ ਇੱਦਾਂ ਸਾਡੇ ਬਿਸਕੁਟ ਪੀਪੇ ਵਾਲੇ ਰੈਡੀ ਹੋ ਗਏ।